ਇਹ ਬੰਦਾ ਨਾ ਪਿਛਲੇ ਸਾਲ ਵੀ ਆਇਆ ਸੀ ਮੋਗੇ ਤੋਂ ਪੈਦਲ ਚੱਲ ਕੇ ਆਇਆ ਸੀਗਾ, ਇਸ ਸਾਲ ਮੈਨੂੰ ਫੇਰ ਮਿਲ ਗਿਆ। ਮੇਰਾ ਨਾਮ ਪ੍ਰੇਮ ਸਿੰਘ, ਪਿੰਡ ਕੋਟ ਮਮਦਖਾਂ, ਤਹਿਸੀਲ ਧਰਮਪੁਰ, ਜ਼ਿਲ੍ਹਾ ਮੋਗਾ। ਮੈਂ ਪਿਛਲੇ ਸਾਲ ਵੀ ਆਇਆ ਸੀ। ਐਸੀ ਜਗ੍ਹਾ ਹੈ ਜਿੱਥੇ ਕਿ ਪਿੰਡ ਡੁਗਰੀ ਵਿਖੇ ਬਾਈ ਅਮਰ ਸਿੰਘ ਚਮਕੀਲੇ ਨੇ ਜਨਮ ਲੈ ਕੇ ਇਸ ਪਿੰਡ ਦਾ ਨਾਂ ਰੌਸ਼ਨ ਕੀਤਾ। ਮੈਂ ਨਹੀਂ ਕਿਸੇ ਤੋਂ ਡਰਦੀ ਹਾਂ, ਦੱਸੋ ਸੱਚ ਦੱਸੋ। ਮੈਥੋਂ ਲੱਗ ਰਹੇ ਨੇ ਜਵਾਕ ਮੇਰੇ ਵਿਆਹੁਣ ਵਾਲੇ ਬਰੋਬਰ ਤੇ, ਅੱਜ ਤੋਂ ਜੇ ਮੇਰੇ ਬੱਚੇ ਮੇਰੇ ਕੋਲੇ ਆਉਂਦੇ ਨਾ, ਮੇਰੀਆਂ 5-4 ਸਾਲਾਂ ਦੇ ਵਿੱਚ ਦੋ ਨਵਾਂ ਘਰੇ ਆਉਂਦੀਆਂ, ਪਤਾ ਨਹੀਂ। ਆਹ ਬੰਦਾ ਸੀਗਾ ਨਾ ਪਿਛਲੇ ਸਾਲ ਵੀ ਆਇਆ ਸੀਗਾ, ਸਹਿਜ ਲਾਈਟ ਚੱਲਦੀ ਆ ਨਾ ਦੋਨੋਂ, ਬਸ ਠੀਕ ਆ। ਇਹ ਬੰਦਾ ਨਾ ਪਿਛਲੇ ਸਾਲ ਵੀ ਆਇਆ ਸੀ ਮੋਗੇ ਤੋਂ ਪੈਦਲ ਚੱਲ ਕੇ ਆਇਆ ਸੀਗਾ, ਇਸ ਸਾਲ ਮੈਨੂੰ ਫੇਰ ਮਿਲ ਗਿਆ। ਇਹ ਨਾ ਤੁਹਾਨੂੰ ਚਮਕੀਲਾ ਜੀ ਦਾ ਇੱਕ ਗਾਣਾ ਸੁਣਾਊਗਾ ਬੰਦਾ, ਤੇ ਨਾਲੇ ਉਹਨਾਂ ਦੇ ਬਾਰੇ ਕੋਈ ਗੱਲ ਦੱਸੂਗਾ। ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ। ਸਤਿ ਸ੍ਰੀ ਅਕਾਲ ਦੋਸਤੋ, ਮੇਰਾ ਨਾਮ ਪ੍ਰੇਮ ਸਿੰਘ, ਪਿੰਡ ਕੋਟ ਮਮਦਖਾਂ, ਤਹਿਸੀਲ ਧਰਮਪੁਰ, ਜ਼ਿਲ੍ਹਾ ਮੋਗਾ। ਮੈਂ ਪਿਛਲੇ ਸਾਲ ਵੀ ਆਇਆ ਸੀ। ਇਹ ਅੱਜ ਦੇ ਦਿਨ ਆਹ ਸਾਲਾਨਾ 7ਵੀਂ ਬਰਸੀ ਤੇ ਆਏ ਹੋਏ ਵੀਰਾਂ ਨੂੰ ਅਤੇ ਪਿੰਡ ਡੁਗਰੀ ਵਾਸੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ। ਇਹੋ ਜਿਹੀ ਜਗ੍ਹਾ ਪੰਜਾਬ, ਰੰਗਲੇ ਪੰਜਾਬ ਦੀ ਇੱਕ ਐਸੀ ਜਗ੍ਹਾ ਹੈ ਜਿੱਥੇ ਕਿ ਪਿੰਡ ਡੁਗਰੀ ਵਿਖੇ ਬਾਈ ਅਮਰ ਸਿੰਘ ਚਮਕੀਲੇ ਨੇ ਜਨਮ ਲੈ ਕੇ ਇਸ ਪਿੰਡ ਦਾ ਨਾਂ ਰੌਸ਼ਨ ਕੀਤਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ। ਅੱਜ ਵੀ ਇਹਨਾਂ ਨੂੰ ਜਿੱਥੇ ਵੀ ਸੁਣਦੇ ਹਾਂ, ਜਿਵੇਂ ਕਿ ਤਲਵਾਰ ਮੈਂ ਕਲਗੀ ਧਰਦੀ ਹਾਂ, ਸਾਥੋਂ ਬਾਬਾ ਖੋਲਿਆ ਤੇ ਰਾਨਣ ਕਾਣਾ, ਮੈਂ ਇੱਕ ਵਾਰੀ ਕਹਿੰਦੇ ਮੈਨੂੰ ਮਾਂ ਵੇ ਪੁੱਤ ਜਾਂਦੀ ਵਾਰੀ, ਇਹ ਅੱਜ ਵੀ ਸੁਣਦੇ ਆ ਨਾ। ਤਲਵਾਰ ਮੈਂ ਕਲਗੀ ਧਰਦੀ ਹਾਂ, ਮੈਂ ਨਹੀਂ ਕਿਸੇ ਤੋਂ ਡਰਦੀ ਹਾਂ, ਮੈਨੂੰ ਸਤਿਗੁਰ ਜਦੋਂ ਚਲਾਉਂਦੇ ਨੇ ਮੈਂ ਲੋਥਾ ਤੇਰੀ ਕਰਦੀ ਹਾਂ, ਤਲਵਾਰ ਮੈਂ ਕਲਗੀ ਧਰਦੀ ਹਾਂ, ਹੋ ਹੋ ਮੈਂ ਤੀਸਤੀ ਸਰਕਾਰ ਦਾ ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ, ਉਹ ਮੈਨੂੰ ਸਤਿਗੁਰ ਜਦੋਂ ਚਲਾਉਂਦੇ ਨੇ, ਉਹ ਸਤਿਗੁਰ ਜਦੋਂ ਚਲਾਉਂਦੇ ਨੇ ਮੈਂ ਚੁੰਚਣ ਵੈਰੀ ਮਾਰਦਾ ਹਾਂ, ਮੈਂ ਤੀਰ ਸੱਚੀ ਸਰਕਾਰ ਦਾ ਹੋ ਹੋ। ਤੁਹਾਡੇ ਬੱਚੇ ਕਿੰਨੇ ਆ? ਦੋ ਬੱਚੇ ਆ ਜੀ। ਬੱਚੇ ਆ ਕੀ ਕਰਦੇ ਆ? ਪੜ੍ਹਦੇ ਆ ਜੀ। ਪੜ੍ਹਦੇ ਆ? ਹਾਂਜੀ। ਕਿਹੜੀ ਕਲਾਸ ਚ? ਇਸ ਟਾਈਮ ਤਾਂ ਹੁਣ ਮੈਂ ਕੀ ਸੱਚ ਦੱਸਾਂ, ਹਾਂ ਤੇ ਮੈਥੋਂ ਲੱਗ ਰਹੇ ਨੇ, ਦੱਸੋ ਸੱਚ ਦੱਸੋ। ਮੈਥੋਂ ਲੱਗ ਰਹੇ ਨੇ ਜਵਾਕ ਮੇਰੇ ਵਿਆਹੁਣ ਵਾਲੇ ਬਰੋਬਰ ਤੇ, ਅੱਜ ਤੋਂ ਜੇ ਮੇਰੇ ਬੱਚੇ ਮੇਰੇ ਕੋਲੇ ਆਉਂਦੇ ਨਾ, ਮੇਰੀਆਂ 5-4 ਸਾਲਾਂ ਦੇ ਵਿੱਚ ਦੋ ਨਵਾਂ ਘਰੇ ਆਉਂਦੀਆਂ, ਪਤਾ ਨਹੀਂ ਕੀ ਕਿਸਮਤ ਮਾਰੀ ਕਰਕੇ ਘਰ ਦੀ ਵੀ ਮਗਰੋਂ ਲਾ ਕੇ ਹੋ ਗਈ। ਹੋ ਗਈ ਹੈ ਤੇ ਮੈਂ ਗੀਤ ਵੀ ਲਿਖਦਾ ਗਾਉਣਾ ਵੀ ਆ, ਤੇ ਪਰ ਮਾਰ ਗਈ ਥੋੜੀ ਜਿਹੀ ਗਰੀਬੀ। ਨਹੀਂ ਚੱਲ ਕੋਈ ਨਾ, ਗਰੀਬੀ ਤਾਂ ਹਰ ਇੱਕ ਤੇ ਆਉਂਦੀ ਰਹਿੰਦੀ ਆ, ਹਿੰਮਤ ਨਹੀਂ ਹਾਰਨੀ ਹੈਗੀ, ਆਪਦੇ ਇਦਾਂ ਹੀ ਗਾਣੇ ਗਾਉਂਦੇ ਰਹਿਣਾ ਤੇ ਲਿਖਦੇ ਰਹਿਣਾ, ਕਦੇ ਤਾਂ ਰੱਬ ਸੁਣੂਗਾ ਹੀ। ਜੇ ਪਰਮਾਤਮਾ ਨੇ ਚਾਹਿਆ ਫਰੈਂਡਸ ਨਾ ਬੰਦੇ ਦੀ ਵੀਡੀਓ ਪੂਰੀ ਸ਼ੇਅਰ ਕਰ ਦਿਓ, ਇੱਕ ਮਹੱਤੜ ਬੰਦਾ ਵਾ, ਆਪਾਂ ਗਰੀਬ ਤਾਂ ਨਹੀਂ ਕਵਾਂਗੇ, ਪੈਸੇ ਬੰਨੀ ਉਹ ਥੋੜਾ ਜਿਹਾ ਤੰਗ ਆ, ਜੇ ਤੁਸੀਂ ਇਹਦੀ ਵੀਡੀਓ ਸ਼ੇਅਰ ਕਰ ਦੋਗੇ ਮੈਂ ਬੰਦੇ ਦਾ ਮੋਬਾਈਲ ਨੰਬਰ ਵੀ ਥੱਲੇ ਪਾ ਦੂੰਗਾ। ਫਰੈਂਡਸ ਨਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਆ ਉੱਪਰ ਵੀਡੀਓ ਦਾ ਲਿੰਕ ਆਉਂਦਾ ਵਾ, ਜੇਕਰ ਇਹਦਾ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਉੱਪਰ ਕਲਿੱਕ ਕਰਕੇ ਇਸ ਵੀਡੀਓ ਦਾ ਪਹਿਲਾ ਪਾਰਟ ਵੀ ਤੁਸੀਂ ਦੇਖ ਸਕਦੇ ਹੋ। ਫਰੈਂਡਸ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਥੈਂਕ ਯੂ। ਹਾਂਜੀ ਇੱਕ ਆ ਵੀ ਬੰਦਾ ਖੜਾ ਸੀ, ਆਉਂਦਾ ਗਾਣਾ? ਚੱਲ ਠੀਕ ਆ, ਓਕੇ।